ਪੰਜਾਬੀ ਸਪੋਰਟਸ ਦੇ ਅੱਜ ਦੇ ਐਪੀਸੋਡ ਵਿੱਚ ਤੁਹਾਡਾ ਸਵਾਗਤ ਹੈ। ਅੱਜ ਦੇ ਐਪੀਸੋਡ ਵਿੱਚ ਅਸੀਂ ਰੈਸਲਿੰਗ ਨੂੰ ਹਾਈਲਾਈਟ ਕਰ ਰਹੇ ਹਾਂ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮੀਰੀ ਪੀਰੀ ਰੈਸਲਿੰਗ ਕਲੱਬ ਵੱਲੋਂ ਕਰਵਾਏ ਗਏ ਰੈਸਲਿੰਗ ਟੂਰਨਾਮੈਂਟ ਬਾਰੇ। ਆਓ ਦੇਖਦੇ ਹਾਂ ਗੋਲਡੀ ਜਲੋਂ ਦੀ ਇਹ ਰਿਪੋਰਟ। ਪਿਛਲੇ ਹਫ਼ਤੇ ਮੀਰੀ ਪੀਰੀ ਰੈਸਲਿੰਗ ਕਲੱਬ ਵੱਲੋਂ ਐਬਸਫੋਰਡ ਵਿੱਚ ਇੱਕ ਰੈਸਲਿੰਗ ਦਾ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿੱਚ ਵਧੀਆ ਭਲਵਾਨਾਂ ਨੇ ਆਪਣੇ ਜ਼ੋਰ ਦਿਖਾਏ। ਇਸ ਟੂਰਨਾਮੈਂਟ ਇਜ਼ ਅ ਵਾਰਮ ਅਪ ਟੂਰਨਾਮੈਂਟ ਫॉर ਲਾਈਕ ਬੇਸਿਕਲੀ ਬੀਸੀਜ਼ ਐਂਡ ਦੈਨ ਨੈਕਸਟ ਵੀਕ ਵੀ ਗਾਟ ਪੋਰਟ ਬਰਨੀ। ਇਟਸ ਅ ਗੁੱਡ ਸ਼ੋਅ, ਵੀ ਗਾਟ ਲੋਟਸ ਆਫ ਕਿਡਸ ਕਮਿੰਗ। ਮਾਈ ਨੈਕਸਟ ਗੋਲ ਇਜ਼ ਬੀਸੀਜ਼ ਮੋਸਟਲੀ ਐਂਡ ਦੈਨ ਆ ਗਾਟ ਨੈਸ਼ਨਲਸ ਫॉर ਫੀਲਾ ਕੈਡੇਟ 100 ਕੇਜੀ ਐਂਡ ਦੈਨ ਆਫਟਰ ਦੈਟ ਆ ਵਾਂਟ ਟੂ ਗੋ ਟੂ ਵਰਲਡ ਚੈਂਪੀਅਨਸ਼ਿਪਸ ਫॉर ਫੀਲਾ ਕੈਡੇਟ। ਮੇਰਾ ਚਾਚਾ ਬਹੁਤ ਵਧੀਆ ਭਲਵਾਨ ਰਿਹਾ ਹੈ, ਉਹਨੇ ਮੈਨੂੰ ਕਿਹਾ ਸੀ ਆ ਰੈਸਲਿੰਗ ਕਰ। ਤੁਹਾਡੇ ਚਾਚਾ ਜੀ ਦਾ ਨਾਮ ਦੱਸੋ ਕੀ ਹੈ? ਮੇਰਾ ਚਾਚਾ ਹਰਜੀਤ ਸਿੰਘ ਬਿਲੇ ਰਾਜਪੁਰ ਡੱਬਾ। ਅਤੇ ਉਹਨਾਂ ਨੇ ਤੁਹਾਨੂੰ ਕੀ ਕਿਹੜੀ ਕਿਹੜੀ ਚੀਜ਼ ਦੇ ਵਿੱਚ ਤੁਹਾਡੀ ਹੈਲਪ ਕੀਤੀ ਆ ਟ੍ਰੇਨਿੰਗ ਦੇ ਵਿੱਚ? ਉਹ ਜ਼ਿਆਦਾ ਮੈਂਟਲੀ ਪ੍ਰਿਪੇਅਰ ਕਰਦੇ ਆ, ਜਿੱਦਾਂ ਫਿਰ ਸਟਰੋਂਗ ਬਣਦੇ ਆ, ਬਹੁਤ ਵਧੀਆ ਕਰਦੇ ਆ। ਬਸ ਇੱਕ ਹੈਗੀ ਆ ਮੈਂਟਲੀ ਬਹੁਤ ਹੋਣਾ ਪੈਣਾ ਪ੍ਰਿਪੇਅਰ, ਕਈ ਜੇ ਮਨ ਛੱਡਦੇ ਆ ਫਿਰ ਤੁਹਾਡੇ ਕੋਲ ਭਲਵਾਨੀ ਨਹੀਂ ਹੋਣੀ ਚਾਚਰਾ, ਮੈਂਟਲੀ ਬਹੁਤ ਪ੍ਰਿਪੇਅਰ ਹੋਣਾ ਪੈਂਦਾ ਆ। ਹਾਂਜੀ, ਸਵੇਰੇ 6 ਵਜੇ ਉੱਠ ਕੇ ਕਾਰਡੀਓ ਕਰਦੇ ਆ, ਵੇਟਸ ਕਰਦੇ ਆ, ਸਾਰਾ ਕੁਛ ਹੁੰਦਾ ਆ। ਟੂਰਨਾਮੈਂਟ ਬਹੁਤ ਵਧੀਆ ਚੱਲਦਾ ਆ, ਮੀਡੀਆ ਦਾ 3 ਮੈਚਾਂ ਹੋ ਗਈਆਂ, ਜਿੱਤ ਗਏ 3। ਹਾਂਜੀ, ਕੋਪਰੇਸ਼ਨ ਦਾ ਇੱਥੇ ਬਹੁਤ ਵਧੀਆ ਆ। ਹੁਣ ਮੈਂ ਛੱਡ ਕੇ ਆਇਆ ਸੀ 2 ਮਹੀਨੇ, ਹੁਣ ਮੇਰੀ ਦੂਜੀ ਟੂਰਨਾਮੈਂਟ ਆ ਇਸ ਸਾਲ ਦੀ। ਮੀਰੀ ਪੀਰੀ ਕਲੱਬ ਦੇ ਪ੍ਰਬੰਧਕਾਂ ਵੱਲੋਂ ਵਧੀਆ ਤਰੀਕੇ ਨਾਲ ਇਸ ਟੂਰਨਾਮੈਂਟ ਨੂੰ ਨੇਪਰੇ ਚਾੜਿਆ ਗਿਆ, ਉਹ ਟੀਮਾਂ ਦੀ ਗਿਣਤੀ ਤੋਂ ਕਾਫੀ ਉਤਸ਼ਾਹਿਤ ਨਜ਼ਰ ਆਏ। ਟੂਰਨਾਮੈਂਟ ਦਾ ਜੀ ਐਤਕੀ ਪਿਛਲੇ ਸਾਲ ਨਾਲੋਂ ਬਹੁਤ ਜ਼ਿਆਦਾ ਰੌਣਕ ਆ। ਪਹਿਲਾਂ ਤਾਂ ਅਸੀਂ ਓਮਨੀ ਟੀਵੀ ਦਾ ਬਹੁਤ ਬਹੁਤ ਧੰਨਵਾਦੀ ਹਾਂ, ਤੁਸੀਂ ਆਏ ਹਾਂ ਅਤੇ ਮਤਲਬ ਸਾਰਾ ਟੂਰਨਾਮੈਂਟ ਦੀ ਕਵਰ ਕਰ ਰਹੇ ਹਾਂ। ਅਸੀਂ ਸ਼ਹੀਦ ਭਾਈ ਭਿੰਦਰ ਸਿੰਘ ਸਪੋਰਟਸ ਕਲੱਬ ਮੀਰੀ ਪੀਰੀ ਰਸਨ ਕਲੱਬ ਵੱਲੋਂ ਤੁਹਾਨੂੰ ਜੀ ਆਇਆਂ ਕਹਿੰਦੇ ਹਾਂ ਅਤੇ ਬਹੁਤ ਧੰਨਵਾਦ ਕਰਦੇ ਹਾਂ। ਅਤੇ ਐਤਕੀ ਜਿੱਦਾਂ ਟੂਰਨਾਮੈਂਟ ਦੀ ਰੌਣਕ ਪਿਛਲੇ ਸਾਲ ਨਾਲੋਂ ਡੇਢੀ ਆ ਜੀ। ਸਾਰੇ ਬੱਚੇ ਬਹੁਤ ਵਧੀਆ ਘੁੜ ਰਹੇ ਆ, ਬੜੀ ਵਧੀਆ ਮਤਲਬ ਦਰਸ਼ਕ ਵੀ ਬਹੁਤ ਸਾਰੇ ਆਏ ਹੋਏ ਆ, ਜਿੰਨੇ ਵੀ ਸਾਰੇ ਡੋਰ ਮੇਲੇ ਦੇ ਖੜ੍ਹੇ ਆ ਤਕਰੀਬਨ ਸਾਰੇ ਆਏ ਹੋਏ ਆ ਜੀ। ਵੈਰੀ ਵੈਰੀ ਗੁੱਡ ਰਿਸਪੋਂਸ ਹੈਗਾ ਜੀ, ਜਿੰਨੇ ਆਪਣੇ ਉਮੀਦ ਸੀਗੀ ਉਹ ਤੋਂ ਜ਼ਿਆਦਾ ਬੱਚੇ ਹੈਗੇ ਆ। ਮੇਰੀ ਐਕਸਪ੍ਰੈਸ਼ਨ ਸੀਗੀ ਕਿ 300 ਦੇ ਕਰੀਬ ਆਓਗੇ, ਬਟ ਓਨਲੀ 300 ਹਾਈ ਸਕੂਲ ਆਏ, ਪਲੱਸ ਦਾ ਐਲੀਮੈਂਟਰੀ ਅਬਾਊਟ 80 ਕਿਡਸ ਐਲੀਮੈਂਟਰੀ, ਦੈਟ ਵੀ ਗਾਟ ਪ੍ਰੀਟੀ ਗੁੱਡ ਟਰਨ ਆਊਟ ਇਜ਼ ਯੂ ਨੋ ਰੀਜ਼ਨ ਮੈ ਬੀ ਕੁਡ ਬੀ ਵੀ ਜਸਟ ਫਿਨਿਸ਼ ਦਾ ਐਗਜ਼ਾਮਸ ਕਰਕੇ ਐਗਜ਼ਾਮ ਫਿਨਿਸ਼ ਹੋਇਆ ਹੁਣ ਰਾਈਟ, ਅਤੇ ਉਸ ਵਾਜ਼ ਅ ਪ੍ਰੋਬਲੀ ਫਰੀ ਵੀਕਐਂਡ ਨੈਕਸਟ ਸਮੈਸਟਰ ਸਟਾਰਟਿੰਗ ਮੰਡੇ ਯੂ ਨੋ, ਤਾਂ ਕਰਕੇ ਆਈ ਥਿੰਕ ਦੇਰ ਲਾਟ ਅ ਗੁੱਡ ਟੀਮ ਕੇਮ ਆਊਟ ਟੂ ਯੂ। ਸਮ ਕਲੱਬਸ ਆਰ ਰੀਅਲੀ ਹੈਲਪਫੁਲ ਐਂਡ ਯੂ ਨੋ ਮੀਨ ਡੈਫੀਨਟਲੀ ਹੈਲਪਿੰਗ ਟੂ ਰਨਿੰਗ ਦ ਸ਼ੋ, ਬਟ ਟੀਮਸ ਆਰ ਆਲ ਓਵਰ ਦ ਪਲੇਸ, ਟੀਮਸ ਆਰ ਫਰੋਮ ਦਾ Vancouver Island, Portal Bernie, teams are from the Kamloops, the guys here are from Whistler too, Hope, I think, who wrestles, they're here. Doesn't matter, they have a new program, wrestle kar deya, ya old program run kar deya, but they're pretty much here. Lots of novice, beginners, and experience same time. Another good stepping stone hega, our tournament jada hega, right? Ede vich inanu apne aap nu find out kar lu gaya ke where we standing right now, ਇੱਥੋਂ ਆਪਾਂ ਕਿੱਥੇ ਸਟੈਂਡ ਕਰਦੇ ਆ, ਹੋਰ ਕਿੰਨੀ ਕੁ ਫਿਟਨੈਸ ਚਾਹੀਦੀ ਆ, ਹੋਰ ਕਿੰਨੀ ਮਿਹਨਤ ਚਾਹੀਦੀ ਆ, ਮੈਂ ਉਹਨੂੰ ਬੀਟ ਕਰ ਸਕਦਾ ਨਹੀਂ ਕਰ ਸਕਦਾ, ਅਤੇ ਮੇਜ਼ਰਮੈਂਟ ਵਾਈਜ਼ ਦਰ ਗੁੱਡ ਟੂਰਨਾਮੈਂਟ, ਦੇ ਕੈਨ ਮੈਜ਼ਰ ਦੈਮ ਸਾਫ, ਓਕੇ ਨੈਕਸਟ 3 ਵੀਕਸ ਨੂੰ 4 ਵੀਕਸ ਨੂੰ ਪ੍ਰੋਵਿੰਸ਼ੀਅਲ ਚੈਂਪੀਅਨਸ਼ਿਪ ਹੈਗੀ ਰਾਈਟ, ਅਤੇ ਆਪਣੇ ਆਪ ਨੂੰ ਹੁਣ ਉਹ ਮੇਜ਼ਰ ਕਰ ਸਕਦੇ ਕਿ ਅਸੀਂ ਕਿੱਥੇ ਖੜ੍ਹੇ ਆ, ਕੋਚਿਸ ਵੀ ਮੇਜ਼ਰ ਕਰ ਸਕਦੇ ਆ ਕਿ ਕੋਚ ਦੀ ਟੀਮ ਕਿੱਥੇ ਖੜ੍ਹੀ ਹੈ, ਸਕੂਲ ਵਾਲਾ ਨੂੰ ਪਤਾ ਲੱਗ ਸਕਦਾ ਇਸ ਗੱਲ ਦਾ, ਕੈਨ ਵੀ ਵੀ ਪਲੇਸ ਇਨ ਪ੍ਰੋਵਿੰਸ਼ੀਅਲ ਔਰ ਵੀ ਜਸਟ ਯੂ ਨੋ ਵਰਕ ਇਨ ਯੂ ਨੋ, ਅਤੇ ਦੈਟਸ ਗੁੱਡ ਮੇਜ਼ਰਿੰਗ ਟੂਰਨਾਮੈਂਟ ਹੈਗਾ, ਨਾਟ ਜਸਟ ਓਨਲੀ ਲਾਈਕ ਵੇ ਟਰਨ ਆਊਟ, ਦੈਟਸ ਦੇਰ ਆਲ ਗੁੱਡ ਕੋਚਿਸ, ਜਿਹੜੇ ਸਮਾਰਟ ਕੋਚਿਸ ਹੈਗੇ ਆ ਉਹ ਆਪਣੀ ਥਿਊਰੀ ਯੂਜ਼ ਕਰਦੇ ਆ, ਓਕੇ ਮੇਰੀ ਟੀਮ ਇਸ ਟੂਰਨਾਮੈਂਟ ਦੇ ਵਿੱਚ ਕਿੱਥੇ ਸਟੈਂਡ ਕਰਦੀ ਆ, ਨੈਕਸਟ 2 ਵੀਕਸ ਨੂੰ ਮੇਰੀ ਟੀਮ ਕਿੱਥੇ ਸਟੈਂਡ ਕਰੂਗੀ, ਅਤੇ ਦੈਟਸ ਵਾਈ ਦਾ ਮੋਸਟ ਟਰਨ ਆਊਟ ਪੀਪਲ ਕੇਮ ਇਨ ਟੂ ਇਟ ਟੈਸਟ ਦਮਸੈਲਫ ਆਊਟ। ਕੈਨੇਡਾ ਦੀ ਭਲਵਾਨੀ ਵਿੱਚ ਭਾਰਤੀ ਮੂਲ ਦੇ ਅਖਾੜਿਆਂ ਦਾ ਕਾਫੀ ਯੋਗਦਾਨ ਹੈ ਅਤੇ ਵਧੀਆ ਕੋਚਿੰਗ ਨਾਲ ਬਹੁਤ ਸਾਰੇ ਬੱਚੇ ਇਨਾਮ ਜਿੱਤ ਕੇ ਆ ਰਹੇ ਹਨ। ਐਬ ਸਪੋਰਟ ਉੱਦਾਂ ਵੀ ਇੱਥੇ ਇੰਨੇ ਖਾੜੇ ਆ, 6-7 ਖਾੜੇ ਆ ਐਬ ਸਪੋਰਟ ਦੇ ਵਿੱਚ, ਇਸ ਕਰਕੇ ਇੱਥੇ ਪੇਰੈਂਟਸ ਜਿਹੜੇ ਆ ਦੇਖਣ ਘਰ ਦੇ ਵਿੱਚ ਕਰਕੇ ਜ਼ਿਆਦਾ ਆਏ ਆ, ਸੋ ਸਰੀ ਵੀ ਕਾਫੀ ਕਲੋਜ਼ ਪੈਂਦਾ ਆ, ਸੋ ਸਰੀ ਦੇ ਵਿੱਚ 4-5 ਖਾੜੇ ਹੈਗੇ ਆ, ਉਸੇ ਕਰਕੇ ਜਿਹੜੀ ਆਪਣੇ ਪੰਜਾਬੀ ਖਾੜਿਆਂ ਕਰਕੇ ਹੀ ਇਹ ਜਿਹੜੀ ਰੌਣਕ ਆ ਜੇ ਇੱਥੇ ਜ਼ਿਆਦਾ ਆ। ਇਹ ਜਿਹੜੇ ਪੰਜਾਬੀ ਖਾੜਿਆਂ ਦੀ ਦੇਣ ਆ ਜੀ, ਬਹੁਤ ਜ਼ਿਆਦਾ ਦੇਣ ਆ, ਜਿੱਦਾਂ ਇਹਦੇ ਨਾਲ ਦੇਖ ਲਓ ਕਿੰਨੀ ਹੁਣ ਭਲਵਾਨੀ ਉੱਤੇ ਗਈ, ਹੁਣ SSB ਦੇ ਵਿੱਚ ਵੀ ਆਪਣੇ ਬੱਚੇ ਕਾਫੀ ਟੀਮ ਦੇ ਵਿੱਚ ਹੈਗੇ ਆ, 5-6 ਮੁੰਡੇ ਜਿਹੜੇ ਟੀਮ ਦੇ ਵਿੱਚ ਜਾਂਦੇ ਆ USA ਦੇ ਵਿੱਚ ਘੁਲਣ ਜਾਂ ਹੋਰ ਵੀ ਕਿਤੇ ਇੱਦਾਂ ਜਿੱਦਾਂ ਬਾਹਰ ਕਿਤੇ, ਅਤੇ ਇਹ ਬਹੁਤ ਪੰਜਾਬੀ ਖਾੜਿਆਂ ਦੀ ਦੇਣ ਆ ਜੀ। It's been very great because we got a lot of coaches that they wrestle on the national level, so they came back and they're wrestling a lot of high school coaches, high school teams and a lot of
private wrestling clubs, which is, that's why our, you know, the BC high school level is going up. So many other wrestlers that they used to wrestle on the national team, now I've seen them that they're involved in every private club and wrestling club. So this is a good thing. I think that for the next 10 years, these youngsters, they're going to be all in the national team one day. Yeah. Wrestling bhaichare de inne vadhan de bawajood vi wrestling diyan facilities di kafi ghat hai ate kushti premi chahunde han ke hor sahoolatan da nirman kita jana chahida hai. Dekho ji, city ta sara kuch hi kar sakdi hai te hun ek chhota jiha khada bana ke ditta ta hega sari de vich ta te par karna vadh chahida hai kyunki hun jehdi hai growth hai wrestling de vich kafi vadh gayi hai. तो सिटी दोहां सिटियां दा ही फर्ज बनता है एव स्पोर्ट का भी तो सरी का भी बी सब वध तो वध वधिया फैसिलिटी बना के देण के ताकि जिहड़े अपने जिहड़े आ मैडल आ ओलंपिक दे विच भी आ सकन. जे इदां दी बन जाए तो बहुत बहुत फायदा होगा जी. होर भी बच्चे बच्चे कई जणे दूर पै जांदे कोई खाड़ा जां कोई किदां भी मतलब जिदां सांझा थां बन जावे जिदां रिक्रिएशन सेंटर दे विच जां कोई ते ओह तो बहुत फायदा होगा. उम्मीद करदे हां कि इह अखाड़े आउण वाले टाइम विच भी इसे तरह वधिया कारगुजारी करदे रहणगे. ਕੋਲਡੀ ਢਿੱਲੋਂ ਪੰਜਾਬੀ ਸਪੋਰਟਸ ਐਸ ਫੋਰਡ.